ਹੈਲੋ एवरीवन ਕੀ ਹਾਲ ਚੱਲੇ ਮੇਰੇ ਪ੍ਰਮਾਦਾ ਤੇ ਅੱਜ ਆਪਾਂ ਗਏ ਸੀ ਆਪਣੇ ਮਾਮਾ ਜੀ ਦੇ ਮੁੰਡੇ ਦੇ ਗੀਤ ਲੈ ਕੇ ਤੇ ਆਪਾਂ ਨਾਲ ਹੀ ਐਂਟਰੀ ਕੀਤੀ ਤੇ ਉੱਥੇ ਸਾਡੀ ਭੈਣ ਤੇ ਸਾਡੇ ਜਵਾਈ ਵੀ ਸਾਨੂੰ ਮਿਲ ਗਏ ਮਾਮਾ ਜੀ ਦੇ ਬੇਟੀ ਸੀਗੀ ਤੇ ਸਾਨੂੰ ਮੰਮੀ ਉਹਨੇ ਕਹਿੰਦੇ ਕਿ ਨਾਨੀ ਜੀ ਨੂੰ ਲੈ ਕੇ ਆਪਾਂ ਆਪਣੀ ਨਾਨੀ ਨੂੰ ਲੈਣ ਗਏ ਆ ਤੇ ਨਾਨੀ ਸਾਡੀ 1 ਕਟੁਕਟ 103 ਜਾਂ 140 ਸਾਲ ਦੀ ਹੋ ਗਈ ਹੈ ਤੇ ਉਹ ਕਾਫੀ ਬਜ਼ੁਰਗ ਨੇ ਕੋ ਕਾਫੀ ਜ਼ਿਆਦਾ ਬਜ਼ੁਰਗ ਨੇ ਉਹਨਾਂ ਦੇ ਪੋਤੇ ਪਾਤੇ ਦੋਤੇ ਸਾਰੇ ਵਿਆਹ ਹੀ ਰਿਹਾ ਤੇ ਉਹਨਾਂ ਦੇ ਵੀ ਅੱਗੇ ਬੱਚੇ ਐ ਹੋ ਗਏ ਨੇ ਤੇ ਕਾਫੀ ਏਜ ਏਜਡ ਪਰਸਨ ਤੇ ਆਪਾਂ ਉਹਨਾਂ ਨੂੰ ਲੈ ਕੇ ਗਏ ਆ ਆਪਾਂ ਨੂੰ ਦੂਜੇ ਘਰ ਲੈ ਕੇ ਗਏ ਆ ਤੇ ਦੂਜੇ ਘਰ ਜਿੱਦੇ ਲੈ ਕੇ ਗਏ ਤੇ ਉਹਨਾਂ ਨੇ ਸਾਰਿਆਂ ਨੂੰ ਮਿਲਿਆ ਤਾਈ ਨੂੰ ਜਾਂ ਮੰਮੀ ਨੂੰ ਸਾਰਿਆਂ ਨੂੰ ਮਿਲਿਆ ਕਿੰਨੇ ਦਿਨ ਬਾਅਦ ਤੇ ਮਿਲ ਮੁਲ ਕੇ ਬੜੇ ਸਾਰੇ ਖੁਸ਼ ਹੋਏ ਤੇ ਉਹਨਾਂ ਨੇ ਗੀਤ ਗਾਣਾ ਕਰਤੇ ਸਟਾਰਟ ਤੇ ਉੱਥੋਂ ਸਾਨੂੰ ਚੇਤਾ ਹੈ ਕਿ ਸਾਡੇ ਨਾਲ ਮਾਹੀ ਵੀ ਗਈ ਵੀ ਸੀ ਤੇ ਮਾਹੀ ਆਪਣੇ ਪੰਗਿਆਂ ਤੋਂ ਹੋ ਗਈ ਸੀ ਸ਼ੁਰੂ ਕੰਨਾ ਕਰਤੇ ਸਟਾਰਟ ਤੇ ਨੱਚਦੀ ਸੀ ਉਹ ਗਾਣਿਆਂ ਤੇ ਪਤਾ ਨਹੀਂ ਕੋਈ ਘੋੜੇ ਤੇ ਬੈਠੀ ਵੀ ਤੇ ਗਾਣਿਆਂ ਦਾ ਜੋਰ ਲੱਗਾ ਪਿਆ ਸੀ ਤੇ ਮਾਹੀ ਮजे ਕਰਦੀ ਸੀ ਪੂਰੀ ਦੇਖੋ ਦੁੱਧ ਦੀ ਬੋਤਲ ਮੂੰਚੇ ਪਾ ਕੇ ਤੇ ਪੂਰੇ ਡਾਂਸ ਕਰਨੀ ਹੀ ਤੇ ਆਪਾਂ ਨਾਲ ਹੀ ਸਾਨੂੰ ਵੀ ਭੁੱਖ ਲੱਗੀ ਤੇ ਆਪਾਂ ਰੋਟੀ ਖਾਣਾ ਕਰਤੇ ਸਟਾਰਟ ਤੇ ਰੋਟੀ ਵੀ ਬਹੁਤ ਟੇਸਟੀ ਸੀ ਤੇ ਮੈਨੂੰ ਫੋਲੋ ਤੇ ਲਾਈਕ ਜਰੂਰ ਕਰੋ ਮੇਰਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਨਾਲ ਮੈਂ ਤੁਹਾਨੂੰ ਨਾਲੀ ਮੰਮੀ ਨੇ ਕੁਝ ਲੈ ਕੇ ਆਈ ਬੀਸੀ ਨੂੰ ਖਾਣ ਵਾਸਤੇ ਤੇ ਮਾਸੀ ਵੀ ਲੈ ਕੇ ਆਏ ਪਏ ਹੀ ਮੋਮੋਸ ਤੇ ਸਮੋਸੇ ਬੜਾ ਮਜਾ ਆਣ ਰਹੇ ਨੂੰ ਖਾਣ ਦਾ ਸਾਰੇ ਉਹਨੂੰ ਬਾਰੀ ਬਾਰੀ ਖਵਾ ਰਹੇ ਸੀ ਸਾਡੇ ਇੱਕ ਰਿਵਾਜ ਹੈ ਕਿ ਕੁਝ ਲੈ ਕੇ ਜਾਂਦੇ ਆ ਜਿਹੜੇ ਭੂਆ ਜਾਂ ਮਾਸੀ ਮਾਮੇ ਕੁਝ ਵੀ ਹੈ ਉਹ ਕੁਝ ਖਾਣ ਵਾਸਤੇ ਲੈ ਕੇ ਜਾਂਦੇ ਆ ਸ਼ਾਇਦ ਤੁਹਾਡੇ ਜੀਜੀ ਦੇ ਜਿਹੜੇ ਇਹ ਰਿਵਾਜ ਹੈ ਉਹ ਲਾਈਕ ਤੇ ਕਮੈਂਟ ਜ਼ਰੂਰ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਕਿੰਨਾ-ਕਿੰਨਾ ਦੇ ਰਿਵਾਜ ਹੈਗਾ ਇਹ ਤੇ ਭਾਬੀਆਂ ਨੇ ਵੀ ਉਹਨਾਂ ਨੂੰ ਸਮੋਸੇ ਖਵਾਏ ਤੇ ਉਹ ਪੂਰੇ ਤੇ ਮਜ਼ਾ ਆ ਰਿਹਾ ਸੀ ਉਹਨੂੰ ਪੂਰਾ ਖਾਣ ਦਾ ਤੇ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਬਲੌਗ ਜਰੂਰ ਦੱਸਿਓ ਨਾਲ ਮੈਨੂੰ ਇੰਸਟਾ ਫੋਲੋ ਜਰੂਰ ਕਰੋ ਤੇ ਮੇਰਾ YouTube ਚੈਨਲ ਵੀ ਸਬਸਕ੍ਰਾਈਬ ਕਰੋ ਤੇ ਮੈਂ ਜਲਦੀ ਹੀ ਤੁਹਾਡੇ ਲਈ ਇੱਕ ਸ਼ੋਅ ਲੈ ਕੇ ਆ ਰਿਹਾ ਹਾਂ ਨਵਾਂ ਬ੍ਰੌਡਕਾਸਟ ਸ਼ੋਅ ਲੈ ਕੇ ਆ ਰਿਹਾ ਹਾਂ ਤੇ ਮੈਂ ਕਿਸ ਕਿਸੇ ਨਾ ਕਿਸੇ ਦਾ ਇੰਟਰਵਿਊ ਲਵਾਵਾਂਗਾ ਜਿਹੜੇ ਚਾਹੁੰਦੇ ਆ ਕਿ ਸਾਡਾ ਇੰਟਰਵਿਊ ਲਿਆ ਜਾਏ ਤੇ ਉਹ ਮੈਨੂੰ ਜਰੂਰ ਮੈਨੂੰ ਆਪਣਾ ਨੰਬਰ ਭੇਜਣ ਤੇ ਮੇਰੇ ਨਾਲ ਗੱਲ ਕਰਨ ਤੇ ਮੈਂ ਵੀ ਆਪਣੀ ਉਥੇ ਮਾਮੇ ਮਾਮੀਆਂ ਨੂੰ ਮਿਲਿਆ ਤੇ ਮੇਰੀ ਛੋਟੀ ਨਾਨੀ ਵੀ ਇਹੀ ਮੇਰੀ ਨਾਨੀ ਦੀ ਭੈਣ ਸੀਗੀ ਸਾਕੀ ਭੈਣ ਹੈ ਇਹ ਵੀ ਮੇਰੀ ਨਾਨੀ ਹੈ ਤੇ ਛੋਟੀ ਨਾਨੀ ਨੂੰ ਮਿਲਿਆ ਥੋੜੀ देर ਬੈਠਾ ਗੱਲਾਂ ਬਾਤਾਂ ਕੀਤੀਆਂ ਤੇ ਮਾਂ ਹੀ ਪੂਰੀ ਨਚਨ ਦੇ ਵਿੱਚ ਮਸਤ ਸੀਗੀ ਤੁਸੀਂ ਦੇਖ ਰਹੇ ਹੋ ਤੇ ਨਾਲ ਇੱਕ ਛੋਟੀ ਜਿਹੀ ਕਿਊਟ ਜੀ ਇੱਕ ਬੇਟੀ ਮੈਨੂੰ ਦੇਖੀ ਤੇ ਬਹੁਤ ਹੀ ਕਿਊਟ